सरपंच साहबान अपनी ड्यूटी सांभण, बहुत सारे पिंडां दे विच सांभी भी गई, उहदे तों बिना साडे कोले चारा कोई नहीं। देखो सरकार ने डाक्टर नहीं भर्ती कर लैणे पंजां दिनां च, 21 तरीक तक ना मास्टर भर्ती कर लैणे आ, 21 तरीक तक ना किसे अफसर दी मानसिकता बदल लैणी आ, 21 तरीक तक ना सरकार दे काम करन दा ढंग बदलना, इह मैं दस दिंदा। क्योंकि सरकार जे चाहुंदी, जे सरकार इस गल दे लई मानसिक तौर दे उत्ते तैयार हुंदी कि इदां दा काम हो सकदा, कदे भी हो सकदा। ਆਪਾਂ ਘਰ ਦੇ ਵਿੱਚ ਦਾਣਾ ਫਾਕਾ ਕਿਉਂ ਸਾਂਭ ਕੇ ਰੱਖਦੇ ਹਾਂ? ਆਪਾਂ ਘਰ ਦੇ ਵਿੱਚ ਥੋੜੇ ਬਹੁਤ ਪੈਸੇ ਕਿਉਂ ਰੱਖਦੇ ਹਾਂ? ਆਪਾਂ ਘਰ ਦੇ ਵਿੱਚ ਥੋੜਾ ਬਹੁਤ ਦਵਾ ਦਾਰੂ ਕਿਉਂ ਰੱਖਦੇ ਹਾਂ ਕਿ ਐਮਰਜੈਂਸੀ ਲੋੜ ਪੈ ਜੂ? ਸਾਡੀ ਨਾ ਕੇਂਦਰ ਦੀ ਸਰਕਾਰ, ਨਾ ਸਾਡੀਆਂ ਸੂਬਿਆਂ ਦੀਆਂ ਸਰਕਾਰਾਂ, ਨਾ ਵਿਰੋਧੀ ਧਿਰਾਂ, ਉਹ ਕਦੇ ਲੋਕਾਂ ਦੇ ਲਈ ਤਿਆਰੀ ਰੱਖਦੀਆਂ ਹੀ ਨਹੀਂ। ਹੁਣ ਤੁਸੀਂ ਦੇਖੋ ਇਸ ਵੇਲੇ ਹਾਲਾਤ ਕੀ ਪੈਦਾ ਹੋ ਗਿਆ। ਲੋਕਾਂ ਨੂੰ ਟੈਲੀਫੋਨ ਨੰਬਰ ਦਿੱਤੇ ਆ ਵਟਸਐਪ ਦੇ ਉੱਤੇ ਕਿ ਕਰਿਆਨਾ ਮੰਗਵਾ ਲਓ, ਦਵਾਈਆਂ ਮੰਗਵਾ ਲਓ। ਮੈਨੂੰ ਨਹੀਂ ਲੱਗਦਾ ਕਿ 25-30% ਤੋਂ ਵੱਧ ਲੋਕਾਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੀ ਡਿਲੀਵਰੀ ਹੋਈ ਹੋਣੀ ਆ। ਇਹਦਾ ਮਤਲਬ ਇਹ ਨਹੀਂ ਕਿ ਉਹ ਦੁਕਾਨਾਂ ਵਾਲੇ ਸਮਾਨ ਦੇਣਾ ਨਹੀਂ ਚਾਹੁੰਦੇ, ਜਾਂ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਨੇ ਕੰਮ ਨਹੀਂ ਕੀਤਾ। ਅਸੀਂ ਸਿਸਟਮ ਹੀ ਨਹੀਂ ਡਿਵੈਲਪ ਕੀਤਾ। ਹੁਣ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਸਿਸਟਮ ਹੁੰਦਾ ਕਿ ਬੀਬੀ ਨੇ ਸਵੇਰੇ ਉੱਠਣਾ, ਜੇ ਉਹਦੀ ਡਿਊਟੀ ਆ ਕਿ ਉਹਨੇ ਧਾਰ ਕੱਢ ਕੇ ਲਿਆਉਣੀ ਆ ਮੱਝ ਗਾਈਂ ਦੀ, ਤਾਂ ਉਹਨੇ ਆਪਣੇ ਆਪ ਹੀ ਚਲੇ ਜਾਣਾ। ਉਹਦੇ ਤੋਂ ਬਾਅਦ ਜੇ ਨਿੱਕੇ ਨਿਆਣੇ ਨੇ ਉੱਠਣਾ, ਜੇ ਪਤਾ ਘਰ ਦੀ ਕੁੜੀ ਨੂੰ ਕਿ ਮੈਂ ਉੱਠ ਕੇ ਝਾੜੂ ਫੇਰਨਾ, ਮੁੜ ਕੇ ਧੁੱਪ ਚੜ੍ਹ ਜਾਣੀ ਆ ਗਰਮੀਆਂ ਨੂੰ, ਉਹਨੇ ਮਾਂ ਦੇ ਆਉਂਦੀ ਨੂੰ ਝਾੜੂ ਫੜ ਲੈਣਾ। ਜੇ ਮੁੰਡੇ ਨੂੰ ਪਤਾ ਹੈ ਕਿ ਭਾਈ ਗਰਮੀ ਬਹੁਤ ਹੈ, ਜੂਨ ਦਾ ਮਹੀਨਾ, ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਪੱਠੇ ਲੈ ਕੇ ਆਉਣੇ ਆ, ਉਹਨੇ ਮਾਂ ਨੂੰ ਥੋੜ੍ਹੀ ਅੜੀਕਣਾ, ਉਹਨੇ ਚਾਹ ਥੋੜ੍ਹੀ ਅੜੀਕਣੀ ਹੈ, ਉਹਨੇ ਸਾਈਕਲ ਦੇ ਵਿੱਚ ਦਾਤੀ ਫਸਾਉਣੀ ਹੈ, ਕਿਉਂਕਿ ਇੱਕ ਸਿਸਟਮ ਬਣਿਆ, ਉਸ ਸਿਸਟਮ ਦੇ ਮੁਤਾਬਕ ਚੱਲਣਾ। ਪਰ ਅਸੀਂ ਸਿਸਟਮ ਬਣਾਇਆ ਹੀ ਨਹੀਂ। ਸਾਡੇ ਤਾਂ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਆ, ਹੁੰਦੀ ਰਹੇ। ਜੇ ਬੰਨ ਸਤਲੁਜ ਦਾ ਨੀਵਾਂ ਹੁੰਦਾ, ਹੁੰਦਾ ਰਹੇ। ਜੇ ਰੇਤਾ ਮਹਿੰਗੀ ਮਿਲਦੀ ਆ, ਮਿਲਦੀ ਰਹੇ। ਕਿਉਂਕਿ ਅਸੀਂ ਸਿਸਟਮ ਬਣਾਉਣਾ ਨਹੀਂ ਸੀ ਚਾਹੁੰਦੇ। ਹੁਣ ਕੰਮ ਇਹ ਮੁੱਕ ਕਿੱਥੇ ਸਕਦਾ? ਦੇਖੋ, ਹੋ ਸਕਦਾ ਕੋਈ ਬੰਦਾ ਆਖੇ ਕਿ ਸਰਕਾਰ ਨੂੰ ਕੁਝ ਕਹਿੰਦੇ ਨਹੀਂ, ਪਰ ਅੱਜ ਆਪਾਂ ਗੱਲ ਮੁਕਾਉਣੀ ਆ ਜੀ। ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਸਭ ਕੁਝ ਕਰ ਸਕਦੀਆਂ। ਮੈਂ 3 ਉਦਾਹਰਨਾਂ ਦੇਣੀਆਂ ਬੈਨੀਪਾਲ ਸਾਹਿਬ, ਇੱਕ ਇੱਕ ਕਰਕੇ ਦਿੰਦਾ। ਮੇਰੇ ਕੋਲੇ ਕਾਗਜ਼ ਤੇ ਇੱਕ ਨਾਂ ਲਿਖਿਆ ਪਿਆ, ਰਣਸੀਂਹ ਕਲਾਂ ਦਾ, ਬੀਬੀ ਸਰਪੰਚ ਹੈ ਪਿੰਡ ਦੀ, NRIs ਨੇ ਵੀ ਸਹਿਯੋਗ ਦਿੱਤਾ, ਉਹ 3200 ਦੀ ਆਬਾਦੀ ਹੈ। ਉਹਨਾਂ ਨੇ ਜਦੋਂ ਕੋਰੋਨਾ ਵਾਇਰਸ ਦਾ ਰੌਲਾ ਸ਼ੁਰੂ ਹੋਇਆ, ਪਿੰਡ ਦੇ ਜਿੰਨੇ ਸਰਦੇ ਪੁੱਜਦੇ ਪਰਿਵਾਰ ਨੇ, ਉਹਨਾਂ ਪਰਿਵਾਰਾਂ ਨੂੰ ਇਕੱਠੇ ਕੀਤਾ, ਇਕੱਠੇ ਕਰਕੇ ਉਹਨਾਂ ਤੋਂ ਪੈਸਾ ਤੇ ਲਾ ਇਕੱਠਾ ਕਰਕੇ ਸੈਨੇਟਾਈਜ਼ਰ ਵੀ ਲਿਆਂਦੇ, ਮਾਸਕ ਵੀ ਲਿਆਂਦੇ, ਸਾਰੇ ਪਿੰਡ ਵੰਡੇ। ਹੁਣ ਠੀਕਰੀ ਪਹਿਰਾ ਲੱਗਦਾ, 4-5 ਸੜਕਾਂ ਜਾਂਦੀਆਂ ਪਿੰਡ ਤੋਂ ਬਾਹਰਲੇ ਪਾਸੇ ਨੂੰ, 3-3 ਡਿਊਟੀਆਂ ਲੱਗਦੀਆਂ 8-8 ਘੰਟੇ ਦੀਆਂ। ਪਿੰਡੋਂ ਕਿਸੇ ਨੇ ਬਾਹਰ ਜਾਣਾ, ਕਿਹੜਾ ਕੰਮ ਹੈ ਉਹ ਰਜਿਸਟਰ ਤੇ ਲਿਖਦੇ ਆ। ਇਹਦੇ ਤੋਂ ਇਲਾਵਾ ਜੇ ਪਿੰਡ ਕਿਸੇ ਨੇ ਆਉਣਾ ਤਾਂ ਭਾਈ ਤੂੰ ਕਿਹਨੂੰ ਮਿਲਣਾ, ਕਿੰਨਾ ਕੁ ਜ਼ਰੂਰੀ ਹੈ, ਜਾਣੀ ਕਿ ਲੌਕਆਊਟ ਆਪੇ ਹੀ ਕਰ ਦਿੱਤਾ ਉਹਨਾਂ ਨੇ ਕਿ ਨਾ, ਇੱਦਾਂ ਨਹੀਂ ਹੋ ਸਕਦਾ। ਛਿੜਕਾਅ ਵੀ ਪਿੰਡ 'ਚ ਕੀਤਾ। ਅੱਜ ਜਦੋਂ ਸਾਰੇ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ, ਅਸੀਂ ਆਪੋ ਆਪਣੇ ਪਿੰਡਾਂ ਦੀ ਗੱਲ ਕਰੀਏ, ਇਹ ਪਿੰਡਾਂ ਦੇ ਵਿੱਚ ਰੌਲਾ ਪਿਆ ਕਿ ਭਾਈ ਕੋਈ ਬੰਦਾ ਭੁੱਖਾ, ਕਿਸੇ ਨੂੰ ਦਵਾਈ ਨਹੀਂ ਮਿਲਦੀ। ਉਸ ਪਿੰਡ ਦੇ ਵਿੱਚ ਉਹ ਪਿੰਡ ਦੇ ਲੋਕ ਜਿਹੜੇ ਆ, ਇੰਨੇ ਸੁਚੱਜੇ ਹੋ ਕੇ ਚੱਲੇ, ਸੁਚੇਤ ਹੋ ਕੇ ਚੱਲੇ, ਮਾਸਕ ਵੀ ਵੰਡ ਦਿੱਤੇ, ਸੈਨੇਟਾਈਜ਼ਰ ਵੀ ਵੰਡ ਦਿੱਤਾ, ਛਿੜਕਾਅ ਵੀ ਕਰਤਾ, ਰਾਸ਼ਨ ਪਹਿਲਾਂ ਲਿਆ ਕੇ ਰੱਖਿਆ, ਸਾਂਝੇ ਵੰਡ ਦੇ ਵਿੱਚੋਂ ਜਿਹੜੇ ਇਕੱਠੇ ਕੀਤੇ, ਜਿਹਨੂੰ ਲੋੜ ਹੈ ਉਹਦੇ ਘਰੇ ਪੰਚਾਇਤ ਆਪ ਪੁੱਜਦਾ ਕਰਦੀ ਹੈ, ਪਿੰਡਾਂ ਦੇ ਨੌਜਵਾਨਾਂ ਦੀ ਕਮੇਟੀ ਆਪ ਪੁੱਜਦਾ ਕਰਦੀ ਹੈ। ਉਸ ਪਿੰਡ ਦੇ ਵਿੱਚ ਕਿਹਨੂੰ ਸਮੱਸਿਆ ਹੋਣੀ ਹੈ? ਕਿਸੇ ਨੂੰ ਵੀ ਨਹੀਂ ਸਮੱਸਿਆ ਹੋਣੀ। ਜੇ ਰਣਸੀਂਹ ਕਲਾਂ ਪੰਜਾਬ ਦੇ 13,000 ਪਿੰਡਾਂ ਦੇ ਵਿੱਚੋਂ ਇੱਕ ਪਿੰਡ ਇਹ ਕੰਮ ਕਰ ਸਕਦਾ, ਮੇਰਾ ਪਿੰਡ, ਬੈਨੀਪਾਲ ਸਾਹਿਬ ਦਾ ਪਿੰਡ, ਤੁਹਾਡਾ ਪਿੰਡ, ਅਸੀਂ ਕਿਉਂ ਨਹੀਂ ਕਰ ਸਕਦੇ? ਗੱਲ ਕੋਈ ਬਹੁਤੀ ਵੱਡੀ ਨਹੀਂ, ਸਾਰੇ ਪੰਜਾਬ ਨੂੰ ਇਸ ਵੇਲੇ ਇਕਮੁੱਠ ਕਰਨਾ ਔਖਾ, ਪਰ ਆਪਣੇ ਪਿੰਡ ਨੂੰ ਕੀਤਾ ਜਾ ਸਕਦਾ ਬੈਨੀਪਾਲ ਸਾਹਿਬ। ਦੂਸਰਾ ਹੈਗਾ ਬਰਨਾਲੇ ਦਾ ਪਿੰਡ ਜੈਮਲ ਸਿੰਘ ਵਾਲਾ ਜੀ। ਹੁਣ ਜੈਮਲ ਸਿੰਘ ਵਾਲੇ ਦੇ ਵਿੱਚ ਸਾਬਕਾ ਫੌਜੀ ਸਾਹਿਬ ਸਰਪੰਚ ਨੇ, ਇੱਕ 2 ਕਮੇਟੀਆਂ ਬਣੀਆਂ ਪਿੰਡ ਦੇ ਵਿੱਚ ਮੁੰਡਿਆਂ ਦੀਆਂ, 20 ਮੈਂਬਰੀ ਇੱਕ ਕਮੇਟੀ ਜੀ ਬਣਾ ਕੇ 2 ਮੁੰਡਿਆਂ ਦੀ ਕਲੱਬਾਂ ਇਕੱਠੀਆਂ ਕਰਕੇ ਇੱਕ ਤਾਂ ਪਹਿਰਾ ਲਾਤਾ ਜੀ। ਸਰਪੰਚ ਸਾਹਿਬ ਆਪ ਜੀਪ ਦੇ ਵਿੱਚ ਪਿੰਡ ਘੁੰਮਦੇ ਆ ਤੇ ਸਪੀਕਰ ਤੇ ਕਹਿੰਦੇ ਆ ਕਿ ਕੋਈ ਘਰੋਂ ਬਾਹਰ ਨਾ ਨਿਕਲਿਓ, ਜੇ ਕਿਸੇ ਨੂੰ ਲੋੜ ਹੈ ਤਾਂ ਮਿੰਡ ਨਾਲ ਸੰਪਰਕ ਕਰੋ, ਚੀਜ਼ ਪੁੱਜਦੀ ਹੋਜੂ। ਪਹਿਰਾ ਵੀ ਲਾਤਾ, ਮੁੰਡੇ ਘਰ ਘਰ ਚੀਜ਼ਾਂ ਵੀ ਪਹੁੰਚਾਉਂਦੇ ਆ, ਤੇ ਸਰਪੰਚ ਸਾਹਿਬ ਦੀ ਸਹਿਮਤੀ ਦੇ ਨਾਲ ਪਿੰਡ ਦੇ ਵਿੱਚੋਂ ਕਿਹੜੇ ਬੰਦੇ ਦੀਆਂ ਚੀਕਾਂ ਨਿਕਲ ਜਾਣਗੀਆਂ। ਹੁਣ ਜੇ ਪਿੰਡ 'ਚ ਬੈਨੀਪਾਲ ਸਾਹਿਬ ਕੋਈ ਬਿਮਾਰ ਠਮਾਰ ਹੋਜੂ ਤਾਂ ਜੈਮਲ ਸਿੰਘ ਵਾਲੇ ਦੇ ਸਰਪੰਚ ਦਾ ਟੈਲੀਫੋਨ ਕਿਹੜਾ ਨਹੀਂ ਸੁਣੂ? ਜੇ ਸਰਪੰਚ ਆਪ ਪਿੰਡ ਦੇ ਕਿਸੇ ਬਿਮਾਰ ਬੰਦੇ ਨੂੰ, ਬਜ਼ੁਰਗ ਬੰਦੇ ਨੂੰ, ਕਿਸੇ ਪ੍ਰੈਗਨੈਂਟ ਔਰਤ ਨੂੰ ਬਿਠਾ ਕੇ ਜੇ ਲੈ ਕੇ ਜਾਣਗੇ ਤਾਂ ਪੁਲਿਸ ਵਾਲਾ ਡੰਡਾ ਤਾਂ ਨਹੀਂ ਮਾਰਨ ਲੱਗਾ? ਕਿਉਂਕਿ ਆਮ ਤੌਰ 'ਤੇ ਸਥਾਨਕ ਪੱਧਰ ਦੇ ਉੱਤੇ ਪ੍ਰਸ਼ਾਸਨ ਨੂੰ ਪਤਾ ਹੀ ਹੁੰਦਾ ਕਿ ਇਹ ਬੰਦਾ ਫਲਾਨੇ ਪਿੰਡ ਦਾ ਸਰਪੰਚ ਹੈ। ਤੀਸਰੀ ਉਦਾਹਰਨ ਮੈਂ ਦਿੰਦਾ ਦਬੁਰਜੀ ਦੀ। ਉੱਥੇ ਦਬੁਰਜੀ ਦੇ ਵਿੱਚ ਵੀ ਲੋਕਾਂ ਨੂੰ ਮਾਸਕ ਵੀ ਵੰਡੇ ਆ ਪਿੰਡ ਵਾਲਿਆਂ ਨੇ, ਬੀਬੀ ਗੁਰਮੀਤ ਕੌਰ ਸਰਪੰਚਾਂ ਨਾਲ ਸੰਮਤੀ ਮੈਂਬਰ ਵੀ ਨੇ, ਪਹਿਰਾ ਉਹਨਾਂ ਨੇ ਉੱਥੇ ਵੀ ਲਾ ਦਿੱਤਾ। ਹੁਣ ਜੇ ਇਹ 3 ਪਿੰਡ, ਪਿੰਡ ਬਹੁਤ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਸਮਾਜਵਾਦ ਹੈ ਕਿ ਭਾਈ ਤੁਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰੋ, ਪਿੰਡ ਦੇ ਸਰਦੇ ਪੁੱਜਦੇ ਬੰਦਿਆਂ ਨੂੰ ਆਖੋ ਕਿ ਭਾਈ ਦਾਣੇ ਦੇ ਦਿਓ, ਆਟਾ ਦੇ ਦਿਓ, ਪਿੰਡ 'ਚ ਚੱਕੀ ਵੀ ਹੈਗੀ ਹੈ। ਜੇ ਕੋਈ ਬੰਦਾ ਘਾਹ ਖੋਤ ਕੇ ਆਪਣੇ ਪਸ਼ੂ ਦਾ ਢਿੱਡ ਭਰਦਾ,
ਤਾਂ ਜਿਹਦੇ ਕੋਲ ਬਰਸੀਮ ਜਾਂ ਬਾਜਰਾ ਇਸ ਵੇਲੇ ਹੈਗਾ ਇੱਕ ਪੰਡ ਉਹਨੂੰ ਦੇਣ ਲੱਗਿਆਂ ਕੀ ਹੈ, ਹੋ ਸਕਦਾ ਕਿਸੇ ਦੇ ਕੋਲ ਤੂੜੀ ਨਾ ਹੋਵੇ, ਪਿੰਡ ਦੇ ਵਿੱਚ ਕਿਸੇ ਦੇ ਕੋਲ ਵਾਧੂ ਵੀ ਤਾਂ ਹੋਣੀ ਹੈ। ਅੱਜ ਆਪਾਂ ਕੈਪਟਨ ਸਾਹਿਬ ਨੂੰ ਦੋਸ਼ ਦਈਏ, ਸੁਖਬੀਰ ਸਿੰਘ ਬਾਦਲ ਨੂੰ ਦਈਏ, ਭਗਵੰਤ ਮਾਨ ਨੂੰ ਦਈਏ, ਜ਼ਿਲ੍ਹੇ ਦੇ ਡੀਸੀ ਨੂੰ ਦਈਏ, SSP ਨੂੰ ਦਈਏ, ਇੱਕ ਵਾਰੀ ਕੋਰੋਨਾ ਵਾਇਰਸ ਮੁੱਕ ਲੈਣ ਦਿਓ, ਆਪਾਂ ਦੇਵਾਂਗੇ ਦੋਸ਼, ਕੱਢਾਂਗੇ ਉਹਨਾਂ ਦੇ ਕਸੂਰ, ਕੱਢਾਂਗੇ ਪੁਲਿਸ ਵਾਲਿਆਂ ਦੇ ਨਾਲ ਵੀ ਗੱਲਾਂ ਬਾਤਾਂ ਕਿ ਭਾਈ ਤੁਸੀਂ ਇੱਦਾਂ ਕਿਉਂ ਕੀਤਾ। ਪਰ ਫੌਰੀ ਤੌਰ ਦੇ ਉੱਤੇ ਜਿਹੜੀ ਗੱਲ ਕਰਨੀ ਬਣਦੀ ਹੈ ਨਾ, ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਵੋ, ਹੋ ਸਕਦਾ ਇਹ ਕੰਮ 14 ਅਪ੍ਰੈਲ ਤੋਂ ਅੱਗੇ ਵਧੇ, ਆਪਾਂ ਪਿੰਡ 'ਚ ਭੁੱਖੇ ਨੂੰ ਰੋਟੀ ਵੀ ਦੇ ਸਕਦੇ ਹਾਂ, ਆਪਾਂ ਕੋਈ ਪਸ਼ੂ ਵੀ ਭੁੱਖਾ ਨਹੀਂ ਰਹਿਣ ਦੇ ਸਕਦੇ, ਆਪਾਂ ਪਿੰਡ ਦੇ ਵਿੱਚ ਕਣਕ ਵੀ ਵਢਾ ਲਾਂਗੇ ਇਕੱਠੇ ਹੋ ਕੇ, ਆਪਾਂ ਸਾਰਾ ਕੁਝ ਕਰ ਲਾਂਗੇ, ਕੋਈ ਬੰਦਾ ਤੜਫਦਾ ਵੀ ਨਹੀਂ ਰਹੂਗਾ, ਪੁਲਿਸ ਵਾਲੇ ਫਿਰ ਆ ਕੇ ਡੰਡੇ ਵੀ ਨਾ ਮਾਰਨਗੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਮੁੰਡਿਆਂ ਨੇ ਅਤੇ ਪਿੰਡ ਦੇ ਸਰਪੰਚ ਨੇ ਸਾਂਭਲਿਆ ਕੰਮ। ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਕਿ ਪੰਜਾਬ ਦੇ ਕਿਸੇ ਬੰਦੇ ਦੇ ਪਿੰਡੇ 'ਤੇ ਨਹੀਂ ਪੈਣਗੀਆਂ ਫਿਰ ਡਾਂਗਾਂ, ਕੋਈ ਨਹੀਂ ਮਰੂਗਾ ਭੁੱਖਾ, ਕਿਸੇ ਦੇ ਪੱਖੂ ਭੁੱਖੇ ਨਹੀਂ ਅੜੰਬਣਗੇ, ਕੁਝ ਨਹੀਂ ਫਿਰ ਹੋਊਗਾ। ਆਪਾਂ ਪਿੰਡ ਮਜ਼ਬੂਤ ਕਰ ਲਈਏ, ਲੀਡਰ ਅਤੇ ਬਾਕੀ ਸਾਰੇ ਆਪੇ ਸਿੱਧੇ ਹੋ ਜਾਣੇ।